अम्मी जी तुहानू की हो गया है? मेरी गल नू समझो ते सही ना अम्मी जी। बस कर दे बुशरा, बस कर दे, इन्नी जिद भी चंगी नहीं हुंदी। ਤੁਹਾਡੇ ਪਿਓ ਦੀ ਬੇਕਾਰੀ ਤੇ ਬਿਮਾਰੀ ਦਾ ਆਇਆ ਮਤਲਬ ਨਹੀਂ ਕਿ ਤੁਸੀਂ ਲੋਕ ਮੂੰਹ ਚੁੱਕੋ ਤੇ ਨੌਕਰੀਆਂ ਤੇ ਟੁੱਟ ਜਾਓ। ਅਮੀ ਜੀ ਹੌਸੇ ਨਾਲ ਨਹੀਂ, ਠੰਡੇ ਦਿਮਾਗ ਨਾਲ ਸੋਚੋ। ਸਾਡੀ ਲਿਖਾਈ ਪੜ੍ਹਾਈ ਦਾ ਕੋਈ ਤਾਂ ਫਾਇਦਾ ਹੋਣਾ ਚਾਹੀਦਾ ਨਾ। ਹਾਂ ਅਮੀ ਜੀ, ਬੁਸ਼ਰਾ ਬਾਜੀ ਠੀਕ ਕਹਿੰਦੇ ਨੇ, ਸਾਨੂੰ ਜ਼ਮਾਨੇ ਦੇ ਨਾਲ ਚੱਲਣਾ ਚਾਹੀਦਾ ਹੈ। ਆਰਾਮ ਨਾਲ ਬਹਿ ਜਾਓ, ਤੁਸੀਂ ਨਹੀਂ ਜਾਣਦੀਆਂ ਜ਼ਮਾਨੇ ਦੀਆਂ ਭੁੱਖੀਆਂ ਨਜ਼ਰਾਂ ਭੁੱਖੇ ਢਿੱਡ ਤੋਂ ਜ਼ਿਆਦਾ ਖਤਰਨਾਕ ਹੁੰਦੀਆਂ ਨੇ। ਓਹੋ ਅੰਮੀ ਜੀ ਕੀ ਹੋ ਗਿਆ, ਤੁਸੀਂ ਤੇ ਸਾਡਾ ਸਾਥ ਦਿਓ, ਨਾਲੇ ਬਾਹਰ ਕੋਈ ਕਿਸੇ ਨੂੰ ਖਾ ਨਹੀਂ ਜਾਂਦਾ, ਹੁਣ ਤੇ ਹਰ ਥਾਂ ਤੇ ਔਰਤਾਂ ਕੰਮ ਪੀਆਂ ਕਰਦੀਆਂ ਨੇ। ਅੰਮੀ ਜੀ ਤੁਹਾਨੂੰ ਸਾਡੇ ਤੇ ਇਤਬਾਰ ਹੋਣਾ ਚਾਹੀਦਾ ਹੈ। ਤੁਸੀਂ ਅੱਬਾ ਜੀ ਨਾਲ ਇੱਕ ਵਾਰੀ ਗੱਲ ਤੇ ਕਰਕੇ ਦੇਖੋ। ਹਾਏ ਹਾਏ, ਤੁਸੀਂ ਤੇ ਸ਼ਹਿਦ ਦੀ ਮੱਖੀਆਂ ਵਾਂਗੂ ਹੀ ਮੈਨੂੰ ਚੰਬੜ ਗਈ ਹੋ। ਹੁਣ ਤੁਹਾਡੇ ਪਿਓ ਵਿੱਚ ਇੰਨੀ ਹਿੰਮਤ ਨਹੀਂ ਕਿ ਰਿਸ਼ਤੇਦਾਰਾਂ ਦੇ ਤਾਨੇ ਸੁਣ ਸਕੇ। ਅੱਗੇ ਬੇਕਾਰੀ ਨੇ ਉਹਦੀ ਕਮਰ ਚੁਕਾ ਕੇ ਰੱਖ ਦਿੱਤੀ ਹੈ, ਹੁਣ ਉਹਦੇ ਤੇ ਇੰਨਾ ਭਾਰ ਨਾ ਪਾਣਾ ਕਿ ਉਹ ਵਿਚਾਰਾ ਕਬਰੀ ਚ ਪਹੁੰਚ ਜਾਏ। ਰੱਬ ਇੱਕ ਪੁੱਤਰ ਹੀ ਦੇ ਦਿੱਤਾ ਤੇ ਕੀ ਸੀ। ਹਮੀਦ ਕੋ ਦੋ ਚਾਰ ਖਬਰਾਂ ਹੀ ਸੁਣਾ ਦਿਓ। ਹਮੀਦ ਯਾਰ ਕੁਛ ਚੰਗੀ ਖਬਰ ਸੁਣਾਈ ਯਾਰ, ਜਿਹਨੂੰ ਸੁਣ ਕੇ ਦਿਲ ਖੁਸ਼ ਹੋ ਜਾਏ। ਓ ਯਾਰ ਖਬਰਾਂ ਕੀ ਸੁਣਾਵਾਂ, ਓ ਚੰਗੀ ਖਬਰ ਚੰਗੇ ਵੇਲੇ ਦੇ ਨਾਲ ਹੁੰਦੀ ਆ। ਲੈ ਪੈਟਰੋਲ ਦੀ ਕੀਮਤ ਵੱਧ ਗਈ ਹੈ, ਹੁਣ ਪੈਟਰੋਲ ਦੀ ਕੀਮਤ ਵਧਣ ਨਾਲ ਟਮਾਟਰ ਮਹਿੰਗਾ ਹੋ ਜਾਣਾ, ਪਿਆਜ਼ ਮਹਿੰਗੀ ਹੋ ਜਾਣੀ ਹੈ, ਆਲੂ ਮਹਿੰਗੇ ਹੋ ਜਾਣੇ ਨੇ, ਹਰ ਸ਼ੈ ਨੂੰ ਅੱਗ ਲੱਗ ਜਾਣੀ। ਓ ਯਾਰ ਮੇਰੇ ਰੇਟ ਦੇ ਮੁਤਾਲਕ ਵੀ ਸੋਚੋ, ਹਰ ਚੀਜ਼ ਹੁਣ ਮਹਿੰਗੀ ਹੋ ਗਈ ਹੈ। ਹੁਣ ਤੇ ਪੁੱਤਰ ਸਸਤੀ ਸਿਰਫ ਬੰਦੇ ਦੀ ਹਯਾਤੀ ਰਹਿ ਗਈ ਹੈ। ਨਿਆਸ ਨਿਆਸ, ਉਹ ਪੁੱਤਰ ਕੀ ਸੋਚ ਰਹੇ? ਕੁਛ ਨੀ ਬਾਜੀ। ਉਹ ਯਾਰ ਹੁਣ ਤੇ ਤੈਨੂੰ ਖੁਸ਼ ਹੋ ਜਾਣਾ ਚਾਹੀਦਾ, ਤੇਰੇ ਸਟੋਰ ਦੀ ਨਾਲ ਵਾਲੀ ਬਿਲਡਿੰਗ ਦਾ ਸੌਦਾ ਕਰ ਲਿਆ, ਕੱਲ ਉਹ ਖਾਲੀ ਹੋ ਜਾਏਗੀ ਤੇ ਫਿਰ ਇਸ ਸ਼ਹਿਰ ਦੇ ਸਭ ਤੋਂ ਵੱਡਾ ਸਟੋਰ ਸਾਡਾ ਹੋਵੇਗਾ। ਜੀ ਅੱਬਾ ਜੀ। ਪੁੱਤਰ ਤੈਨੂੰ ਕੋਈ ਖੁਸ਼ੀ ਨਹੀਂ ਹੋਈ? ਖੁਸ਼ੀ ਮੈਂ ਕੀ ਕਰਾਂ ਅੱਬਾ ਜੀ, ਮੈਨੂੰ ਸਟੋਰ ਦੀ ਬੁਨਿਆਦਾਂ ਵਿੱਚੋਂ ਗਰੀਬਾਂ ਦੇ ਹੌਕੇ ਤੇ ਹਵਾਵਾਂ ਦੀ ਆਵਾਜ਼ਾਂ ਸੁਣਾਈ ਦਿੰਦੀਆਂ ਪਈਆਂ। ਅਮੀਰੀ ਦੀ ਛੱਤ ਤੇ ਖਲੋ ਕੇ ਗਰੀਬੀ ਦੇ ਵਿਹੜੇ ਤੇ ਝਾਤੀ ਨਹੀਂ ਮਾਰੀ ਦੀ। ਤੇ ਇੱਕ ਗੱਲ ਹੋਰ ਯਾਦ ਰੱਖ, ਮਾਜ਼ੀ ਨੂੰ ਯਾਦ ਰੱਖਣ ਵਾਲੇ ਲੋਕ ਕਦੀ ਖੁਸ਼ ਨਹੀਂ ਰਹਿੰਦੇ। ਦਵਾਈ ਖਾ ਲੋ, ਉੱਠੋ, ਹਿੰਮਤ ਕਰੋ। ਹੁਣ ਤੇ ਹਿੰਮਤ ਵੀ ਜਵਾਬ ਦਿੰਦੀ ਜਾ ਰਹੀ ਹੈ ਰਜ਼ੀਆ। ਤੁਸੀਂ ਦਿਲ ਹੌਲਾ ਨਾ ਕਰੋ, ਰੱਬ ਨੇ ਚਾਹਿਆ ਤਾਂ ਤੁਸੀਂ ਛੇਤੀ ਠੀਕ ਹੋ ਜਾਓਗੇ। ਰਜ਼ੀਆ ਹੁਣ ਤੇ ਮੈਂ ਕਬਰ ਚ ਪੈ ਕੇ ਠੀਕ ਹੋਵਾਂਗਾ, ਇਹੋ ਜਿਹੀਆਂ ਝੂਠੀਆਂ ਤਸੱਲੀਆਂ ਮੈਨੂੰ ਨਾ ਦਿਆ ਕਰ। ਕਿਹੋ ਜਿਹੀਆਂ ਗੱਲਾਂ ਕਰਨ ਡਏ ਹੋ? ਰੱਬ ਕੋਲੋਂ ਖੈਰ ਮੰਗਣੀ ਚਾਹੀਦੀ ਹੈ। ਕਿਧਰੇ ਮੇਰੀ ਬਿਮਾਰੀ ਦਾ ਪਰਛਾਵਾਂ ਮੇਰੀਆਂ ਜਵਾਨ ਧੀਆਂ ਦੇ ਲੇਖਾਂ ਤੇ ਨਾ ਪੈ ਜਾਵੇ। ਇਸ ਤਰ੍ਹਾਂ ਨਹੀਂ ਸੋਚੀਦਾ, ਧੀਆਂ ਨਵਾਣੀਆਂ ਤੇ ਆਪਣੇ ਲੇਖ ਲੈ ਕੇ ਆਉਂਦੀਆਂ ਨੇ। ਰੱਬ ਤੁਹਾਨੂੰ ਲੰਬੀ ਹਯਾਤੀ ਤੇ ਸਿਹਤ ਦੇਵੇ, ਧੀਆਂ ਦੇ ਵਿਆਹ ਦਾ ਵੀ ਬੰਦੋਬਸਤ ਹੋ ਜਾਏਗਾ। ਰਜ਼ੀਆ ਜਾਗਦਿਆਂ ਇਹੋ ਜਿਹੇ ਸੁਪਨੇ ਨਾ ਵੇਖਿਆ ਕਰ, ਚੰਗੀ ਥਾਂ ਤੇ ਇਲਾਜ ਕਰਾਉਣ ਲਈ ਪੈਸਾ ਨਹੀਂ ਤੇ ਤੂੰ ਧੀਆਂ ਨੂੰ
ਜਵਾਨ ਧੀਆਂ ਨੂੰ ਟੋਲਣ ਚੱਲੀਏ। ਹਾਏ ਦਸੀਆ, ਇਹ ਦੁਆ ਕਰਿਆ ਕਰ ਕਿ ਜਵਾਨ ਧੀਆਂ ਦੇ ਮਾਂ ਪਿਓ ਨੂੰ ਅੱਲਾ ਬੁੱਢਿਆਂ ਨਾ ਕਰੇ, ਅਤੇ ਜੇ ਬੁੱਢਿਆਂ ਕਰੇ ਤਾਂ ਉਹਨਾਂ ਨੂੰ ਕੋਈ ਬਿਮਾਰੀ ਨਾ ਲਾਵੇ, ਕੋਈ ਬਿਮਾਰੀ ਨਾ ਲਾਵੇ। ਭਰਜਾਈਏ, ਕਦੋਂ ਆ ਰਿਹਾ ਮੁੰਡਾ ਤੇਰਾ ਦੁਬਈਓਂ? ਭਾਜੀ ਅਗਲੇ ਹਫ਼ਤੇ ਉਹ ਵੀ ਅੱਪੜ ਜਾਏਗਾ। ਯਾਰ ਤੁਹਾਡੀ ਸਮਝ ਨਹੀਂ ਆਈ, ਤੁਸੀਂ ਅੱਪੜ ਗਏ, ਉਹ ਅਗਲੇ ਹਫ਼ਤੇ ਅੱਪੜੇਗਾ, ਚੱਕਰ ਕੀ ਹੈ ਭਾਈ? ਚੱਕਰ ਕੀ, ਕੂੜ ਮਗਜ਼ ਆਦਮੀ ਬੇਵਕੂਫਾ, ਪਹਿਲੇ ਪੂਰੀ ਗੱਲ ਸੁਣ ਤੇ ਲਿਆ ਕਰ। ਤਿੰਨਾਂ ਚੌਂ ਦਿਨਾਂ ਤੱਕ ਉਹਨੇ ਆਉਣਾ, ਤਿੰਨਾਂ ਚੌਂ ਦਿਨਾਂ ਦੇ ਵਿੱਚ ਵਿੱਚ ਹੀ ਅਸੀਂ ਉਹਦਾ ਰਿਸ਼ਤਾ ਲੱਭਣਾ ਅਤੇ ਵਿਆਹ ਵੀ ਕਰਨਾ। ਤੂੰ ਇਹ ਸੁਣਾ ਕਿ ਭਾਈ ਰਹਿਮਤ ਦਾ ਕੀ ਹਾਲ ਹੈ, ਉਹਦਾ ਕਾਰੋਬਾਰ ਸੈੱਟ ਹੈ? ਬਸ ਯਾਰ ਨਾ ਹੀ ਪੁੱਛੋ ਗਾ, ਉਹ ਤਾਂ ਵਿਚਾਰੇ ਐਡੀ ਮਾੜੀ ਹਾਲਤ ਵਿੱਚ ਹੈ ਕਿ ਉਹ ਜ਼ਿੰਦਗੀ ਦੇ ਦਿਨ ਬੜੀ ਮੁਸ਼ਕਿਲ ਨਾਲ ਲੰਘਾਉਣ ਡਿਆ ਹੈ। ਅੱਲਾ ਰਹਿਮ ਕਰੇ, ਕਿਉਂ ਕੀ ਹੋਇਆ ਭਰਾ ਰਹਿਮਤ ਨੂੰ? ਉਹ ਭਰਾ ਨਹੀਂ ਸੀ ਉਹਦਾ ਛੋਟਾ, ਉਹਦੀ ਜ਼ਰਾ ਹਾਲਤ ਮਾੜੀ ਸੀ, ਇਹਨੇ ਤਰਸ ਖਾ ਕੇ ਨਾ ਉਹਨੂੰ ਆਪਣੇ ਕਾਰੋਬਾਰ 'ਚ ਹਿੱਸੇਦਾਰ ਬਣਾ ਲਿਆ। ਇਹਦੀ ਸ਼ਰਾਫਤ ਤੋਂ ਨਿਆਸਾ ਦੇ ਭਰਾ ਨੇ ਨਜਾਇਜ਼ ਫਾਇਦਾ ਚੁੱਕਿਆ ਕਿ ਹਰ ਸ਼ੈ ਹੀ ਆਪਣੇ ਨਾਂ ਕਰਾ ਲਈ। ਔਰ ਸਾਰਿਆਂ ਤੋਂ ਵੱਡੀ ਜਿਹੜੀ ਗੱਲ ਹੈ ਨਾ, ਜਿਹੜਾ ਜ਼ੁਲਮ ਉਹਨੇ ਕੀਤਾ, ਉਹਦੀ ਧੀ ਦਾ ਰਿਸ਼ਤਾ ਵੀ ਉਹਨੇ ਛੱਡ ਦਿੱਤਾ। ਇੰਨਾ ਵੀ ਜ਼ੁਲਮ ਹੁੰਦਾ? ਮੈਨੂੰ ਤਾਂ ਯਕੀਨ ਨਹੀਂ ਆਉਂਦਾ। ਸਾਹਿਬ ਜੀ, ਰਸ਼ੀਦਾ ਬੀਬੀ ਆਈ ਹੈ ਰਿਸ਼ਤਾ ਕਰਾਉਣ ਵਾਲੀ। ਅੱਛਾ ਠੀਕ ਹੈ, ਉਹਨੂੰ ਭੇਜ ਜ਼ਰਾ। ਅੱਛਾ ਬਾਜੀ ਜੀ, ਸਲਾਮ ਵਾਲੇਕੁਮ। ਵਾਲੇਕੁਮ ਅਸਲਾਮ, ਆਓ ਬੈਠੋ, ਲੰਘੋ। ਅੱਛਾ ਜੀ, ਬੜੀ ਮਿਹਰਬਾਨੀ। ਲੈ ਫਿਰ ਪਾ ਨਹੀਂ, ਮੈਨੂੰ ਇਜਾਜ਼ ਦਿਓ ਯਾਰ। ਚੱਲ ਠੀਕ ਹੈ, ਰੱਬ ਰੱਖ, ਅੱਲਾਹ। ਅੱਛਾ ਪਰ ਮੈਂ ਕਿਹਾ ਬਾਜੀ ਜੀ, ਤੂੰ ਜ਼ਰਾ ਕੁੜੀ ਵੇਖ, ਤੇਰਾ ਮਨ ਰਾਜ਼ੀ ਹੋ ਜਾਏਗਾ। ਰੱਜ ਕੇ ਸੋਹਣੀ ਓ ਕੁੜੀ, ਉੱਚੀ ਲੰਬੀ ਜਵਾਨ। ਮੈਂ ਕਹਿੰਦਾ ਮੇਰੇ ਤੇ ਛੱਡ ਦੇ ਇਸ ਗੱਲ ਨੂੰ, ਫੋਨ ਤੇ ਦੱਸ ਦਿਆਂਗੇ। ਚਲੋ ਠੀਕ, ਐਲਾ ਫੜ ਐਲੋ। ਤੁਹਾਡੇ ਭਾਈ ਜਾਨ ਕਹਿੰਦੇ ਨੇ ਕਿ ਤੁਹਾਨੂੰ ਫੋਨ ਕਰ ਦਾਂਗੇ। ਲੈ ਭਾਈ ਜਾਨ, ਫਿਰ ਸਲਾਮ ਅਲੈਕੁਮ। ਵਾਲੇਕੁਮ ਸਲਾਮ। ਸਲਾਮ ਅਲੈਕੁਮ। ਵਾਲੇਕੁਮ ਸਲਾਮ। ਧਿਆਨ ਨਾਲ। ਬਾਜੀ ਕੀ ਹਾਲ ਹੈ ਹੁਣ ਭਾਰ ਅਹਿਮਦ ਦਾ? ਬਸ ਦਿਨ ਬ ਦਿਨ ਤਬੀਅਤ ਵਿਗੜਦੀ ਜਾ ਰਹੀ, ਕੁਛ ਸਮਝ ਨਹੀਂ ਆਉਂਦੀ। ਹੁਣ ਵੀ ਡਾਕਟਰ ਕੋਲ ਹੀ ਗਏ ਨੇ। ਨਜ਼ਰ ਆ ਰਹੀ, ਦੋ ਘੜੀ ਪਹਿਲੇ ਆ ਜਾਂਦਾ ਤੇ ਤੇਰੀ ਮੁਲਾਕਾਤ ਹੋ ਜਾਂਦੀ। ਹੁਣੇ ਗਏ ਨੇ ਉਹ, ਔਰ ਕੁੜੀਆਂ ਵੀ ਜ਼ਰਾ ਹਮਸਾਏ 'ਚ ਗਈਆਂ ਨੇ, ਆਇਤ ਕਰੀਮਾਂ ਦਾ ਖਤਮ ਹੈਗਾ। ਵੈਸੇ ਤਾਈ ਜੀ ਦੀ ਤਬੀਅਤ ਠੀਕ ਰਹਿੰਦੀ ਨਾ? ਦਿਨ ਬ ਦਿਨ ਤਬੀਅਤ ਵਿਗੜਦੀ ਜਾਂਦੀ, ਕੁਛ ਸਮਝ ਹੀ ਨਹੀਂ ਆਉਂਦੀ। ਜੇਕਰ ਕਹੋ ਤਾਂ ਮੈਂ ਕਿਸੇ ਵੱਡੇ ਡਾਕਟਰ ਨਾਲ ਗੱਲ ਕਰਾਂ। ਪਰਾਇਆਂ ਦੇ ਦਿੱਤੇ ਫੱਟ ਤੇ ਫਿਰ ਵੀ ਭਰ ਜਾਂਦੇ, ਆਪਣਿਆਂ ਦੇ ਦਿੱਤੇ ਫੱਟ ਕਦੀ ਵੀ ਨਹੀਂ ਭਰਦੇ। ਨਹੀਂ ਤਾਈ ਜੀ, ਇਹ ਜੀ ਕੋਈ ਗੱਲ ਨਹੀਂ। ਅੱਬਾ ਜੀ ਵੀ ਬਸ ਐਵੇਂ ਲੋਕਾਂ ਦੀ ਗੱਲਾਂ 'ਚ ਆ ਕੇ ਐਵੇਂ ਭਰਾਵਾਂ ਨੂੰ ਮੂੰਹ ਮੋੜ ਲਿੱਤਾ ਉਹਨਾਂ ਨੇ। ਜਦੋਂ ਥੋੜ੍ਹੇ ਜਿਹੇ ਪੈਸੇ ਦੇ ਕੇ ਤੇਰੇ ਪਿਓ ਨੇ ਸਾਡੇ ਕਾਰੋਬਾਰ 'ਚ ਹਿੱਸਾ ਪਾਉਣਾ ਬਚਾਇਆ, ਲੋਕਾਂ ਨੇ ਉਦੋਂ ਵੀ ਬੜੀਆਂ ਗੱਲਾਂ ਕੀਤੀਆਂ ਸਨ, ਪਰ ਤੇਰੇ ਤਾਇਆ ਜੀ ਨੇ ਆਪਣੇ ਭਰਾਵਾਂ ਨੂੰ ਕਦੀ ਮੂੰਹ ਨਹੀਂ ਮੋੜਿਆ, ਲੋਕਾਂ ਨੂੰ ਛੱਡ ਦਿੱਤਾ ਸੀ। ਤਾਈ ਜੀ, ਇਹ ਤਾਂ ਆਪਣੇ ਆਪਣੇ ਜ਼ਰੂਰਤ ਦੀ ਗੱਲ ਹੁੰਦੀ ਹੈ। ਤਾਇਆ ਜੀ, ਤਾਇਆ ਜੀ ਵਾਕਈ ਵੱਡੇ ਨੇ। ਇਨਸਾਨ ਕੁਛ ਦੇ ਕੇ ਹੀ ਵੱਡਾ ਬਣਦਾ, ਖੋ ਕੇ ਨਹੀਂ। ਇਸ ਚੀਜ਼ ਦਾ ਅਹਿਸਾਸ ਹੈ ਤਾਈ ਜੀ ਮੈਨੂੰ। ਅੰਮੀ ਹੋਰਾਂ ਵੀ ਅੱਬਾ ਜੀ ਨੂੰ ਗੱਲਾਂ ਗੱਲਾਂ 'ਚ ਸਮਝਾਉਂਦੇ ਰਹਿੰਦੇ ਨੇ। ਤਾਈ ਜੀ, ਮੈਂ ਤਾਏ ਜੀ ਦਾ ਭਤੀਜਾ ਨਹੀਂ, ਪੁੱਤਰ ਬਣ ਕੇ ਉਹਨਾਂ ਦੀ ਖਿਦਮਤ ਕਰਨਾ ਚਾਹੁੰਦਾ ਹਾਂ। ਤੁਹਾਡੀ ਮਿਹਰਬਾਨੀ ਹੈ, ਮੇਰੇ ਕੋਲ ਮੇਰਾ ਹੱਕ ਨਾ ਲਵੋ। ਮੈਨੂੰ ਉੱਚੇ ਨਹੀਂ, ਸੁੱਚੇ ਰਿਸ਼ਤੇ ਚਾਹੀਦੇ ਨੇ। ਝੂਠ ਦੇ ਬਨੇਰੇ ਤੇ ਖਲੋ ਕੇ ਸੱਚ ਦੀ ਦਵਾਈ ਪਾਉਣ ਵਾਲੇ ਨੂੰ ਆਖੋ ਅੰਮੀ ਜੀ, ਇਹ ਗੱਲਾਂ ਆਪਣੇ ਅੱਬਾ ਜੀ ਨਾਲ ਕਰਨ। ਰਿਸ਼ਤੇ ਦੀ ਕਬਰਾਂ ਤੇ ਸੋਨੇ ਦੇ ਕੱਪੜੇ ਲਾਉਣ ਨਾਲ ਰਿਸ਼ਤੇ ਜ਼ਿੰਦਾ ਨਹੀਂ ਹੋ ਜਾਂਦੇ। ਬੁਸ਼ਰਾ, ਬੁਸ਼ਰਾ, ਤਾਈ ਜਾ
ताजन मेरा कोई कसूर भी नहीं, फिर भी मैंने बुरा समझा जा रहे हो। पुत्र न्यास, हुन तू जा और अपनी चीजा भी नाल ले जा। जड़िया चीजा हालत तो थले ना उतरन, वो सानू नहीं चाहिए। जा और अभी ले जा नाल। खैर पा रहे तू इत बैठा है यार, अपनी ही याती दे दिन गिनन दिया यार। ले फिर हूं गिनती तो ही मुक जानी, पर तेरे दिन नहीं मुकने। और जे दुआ नहीं दे सकता तो बददुआ ते ना देना। बददुआ नहीं दिती तेन, तू 100 साल और जीना ही आदि। वो यहां मेरी याद है, मतलब कनीफ आया, मुलाकात हुई कि नहीं तेरी? अपने पुत्र ना दुबई टुर गया है। और गया ऐसी सारा टब्बर आया अजकल इतने अपने पुत्र दे ब्याह दा प्रोग्राम बना रहे ने। तो मैं दसिया सी तेरे मुतलक, वैसे मैं अजकल हालात जड़े ने माड़े ही नहीं है। यार सज्जन ने एहो जी गल नहीं करी दी। वो क्यों नहीं करी दी? सारी दुनिया नू पता है उहदा पुत्र जिहड़ा दुबई गया सी तेरी वजह तो गया सी। रब दे काम ने बंदा किसे लई की कर सकदा है। जे हुण मिले ना मेरा सलाम कह दी। और सलाम तो कह देंगे, आप भी कोशिश करके मिल नहीं जरा। पुष्पा भाजी की है, मैंने कुछ कहे नहीं, हमसाया नाला एफे नल केड़ियां सोचां विच डूबी हुई है। मैनू लगता है चाचे शफकत बारे कुछ सोच रही है। चाचे शफकत बारे है या ओदे पुत्र न्याज दे ख्यालां विच गुम है? की बकवास है, अपने काम नाल काम रखो, समझ आई? वड्डी भैन परेशान होवे ते ओदी परेशानी वंडाना भी ते अपना ही काम है ना। मेरा ख्याल है बुशा बाजी हुण तू न्याज दे बारे सोचना छड्ड ही दे। चेते नाल साडे बूए पैर पाउण वाला चाचा शफकत हुण भुल के भी साडे बूए पैर नहीं पाउंदा। अपनी अखी खून सफेद हुंदा पहली वारी वेख्या, वेखने आ हुण किहड़े करोड़पति दी धी व्याह के लियांदा है। चुप कर जाओ, बस कर दे। अपाहज रिश्तिया ते मातम करन दी बजाय आपां जिहदे बारे च सोचो, जिन्हां दे दिमाग ते बीमारी नालों वड्डा बोझ साडा है। ਕਹਿੰਦੇ ਨੇ ਕੁੜੀਆਂ ਚਿੜੀਆਂ ਹੁੰਦੀਆਂ ਨੇ, ਪਰ ਚਿੜੀਆਂ ਦਾ ਤਾਂ ਕੋਈ ਭਾਰ ਨਹੀਂ ਹੁੰਦਾ। ਮੈਨੂੰ ਤਾਂ ਇੰਝ ਲੱਗਦਾ ਹੈ ਤੁਹਾਡਾ ਇਹ ਗੁੱਸਾ ਤੁਹਾਡਾ ਹੀ ਦੁਸ਼ਮਣ ਬਣਦਾ ਜਾ ਰਿਹਾ। ਕਿਉਂ ਮੈਂ ਕੋਈ ਨਜਾਇਜ਼ ਗੁੱਸਾ ਕਰ ਰਿਹਾ? ਕੀ ਲੋੜ ਸੀ ਇਹਨੂੰ ਤਾਏ ਦੇ ਘਰ ਜਾਣ ਦੀ? ਜਦ ਮੈਂ ਉਹਨਾਂ ਨਾਲ ਕੋਈ ਰਿਸ਼ਤਾ ਰੱਖਣਾ ਨਹੀਂ ਚਾਹੁੰਦਾ ਤੇ ਇਹ ਕੌਣ ਹੁੰਦਾ? ਮੈਨੂੰ ਉੱਥੇ ਮੰਗਿਆ ਤੁਸੀਂ, ਭਰਾ ਦੇ ਅੱਗੇ ਮਿੰਨਤਾਂ ਕਰ ਕਰਕੇ ਇਹ ਰਿਸ਼ਤਾ ਲਿਆ ਤੁਸੀਂ। ਉਦੋਂ ਤੇ ਤੁਹਾਨੂੰ ਉਹਦੀ ਤੇ ਮੇਰੀ ਉਮਰ ਵਿੱਚ ਫਰਕ ਵੀ ਨਜ਼ਰ ਨਹੀਂ ਆਇਆ ਸੀ। ਓਏ ਉਦੋਂ ਮੇਰੀ ਜ਼ਰੂਰਤ ਸੀ ਤੇ ਮੈਂ ਰਿਸ਼ਤਾ ਲਿਆ ਸੀ, ਹੁਣ ਮੇਰੀ ਜ਼ਰੂਰਤ ਰਹੀ ਤੇ ਮੈਂ ਰਿਸ਼ਤਾ ਛੱਡ ਦਿੱਤਾ। ਪਤਾ ਨਹੀਂ ਛੱਡ ਦਿੱਤਾ, ਤੁਹਾਡੀਆਂ ਜ਼ਰੂਰਤਾਂ ਕਿਦਾਂ ਮੁੱਕਣਗੀਆਂ? ਓਹੋ ਰਿਆਨਾ, ਤੁਸੀਂ ਸਮਝਣ ਦੀ ਕੋਸ਼ਿਸ਼ ਕਿਉਂ ਨਹੀਂ ਕਰਦੇ? ਇਹ ਦੌਰ ਤਾਕਤਵਰਾਂ ਦਾ ਦੌਰ ਏ ਤੇ ਤਾਕਤ ਰੁਪਈਏ ਤੇ ਜਾਇਦਾਦ ਨਾਲ ਆਉਂਦੀ ਏ। ਦੂਸਰਿਆਂ ਦੀ ਮਜਬੂਰੀ ਨਾਲ ਖੇਡ ਕੇ ਤਾਕਤਵਰ ਬਣਨ ਦਾ ਹਿੱਸਾ ਸਾਨੂੰ ਮਤ ਬਣਾਓ, ਸਾਨੂੰ ਆਪਣੀ ਮਰਜ਼ੀ ਨਾਲ ਜੀਣ ਦਿਓ। ਮੈਂ ਵੇਖ ਰਿਹਾ ਤੇਰੀ ਜ਼ਬਾਨ ਬੜੀ ਲੰਮੀ ਹੁੰਦੀ ਜਾ ਰਹੀ। ਇੱਕ ਗੱਲ ਯਾਦ ਰੱਖੀ, ਤੇਰਾ ਵਿਆਹ ਉੱਥੇ ਹੋਵੇਗਾ ਜਿੱਥੇ ਮੈਂ ਚਾਹਾਂ। ਤੇ ਤੁਸੀਂ ਵੀ ਯਾਦ ਰੱਖੋ ਕਿ ਬੀਵੀ ਨੂੰ ਤੇ ਪੁੱਤਰ ਨੂੰ ਕੋਈ ਰੱਫੜ ਵਾਲਾ ਪਲਾਟ ਸਮਝ ਕੇ ਕਬਜ਼ਾ ਕਰਨ ਦੀ ਕੋਸ਼ਿਸ਼ ਨਾ ਕਰੋ। ਬੜੇ ਫਾਕੇ ਤੇ ਬੜੀਆਂ ਭੁੱਖਾਂ ਕੱਟੀਆਂ ਨੇ ਇਸ ਕਾਰ ਵਾਸਤੇ। ਉਹ ਪੁਰਾਣੀਆਂ ਗੱਲਾਂ ਭੁੱਲ ਜਾਓ ਤੇ ਅੱਗੇ ਵੇਖੋ। ਅੱਗੇ
ਅੱਗੇ ਵੇਖ ਰਹੀ ਹਾਂ ਕਿ ਇੱਕ ਇੱਕ ਕਰਕੇ ਸਾਰੇ ਰਿਸ਼ਤੇ ਤੁਹਾਡੇ ਤੋਂ ਦੂਰ ਹੁੰਦੇ ਜਾ ਰਹੇ ਤੇ ਤੁਸੀਂ ਇਕੱਲੇ ਰਹਿ ਗਏ ਹੋ ਬਿਲਕੁਲ ਇਕੱਲੇ ਤੇ ਇਕੱਲਾ ਦਾ ਰੁੱਖ ਵੀ ਸੁੱਕ ਜਾਂਦਾ ਹੈ ਓਏ ਮੈਂ ਸਾਰਾ ਕੁਝ ਤੁਹਾਡੇ ਲਈ ਕਰ ਰਿਹਾ ਤੁਹਾਡੇ ਲਈ ਤੁਸੀਂ ਕਿਉਂ ਨਹੀਂ ਸਮਝਦੇ ਇਸ ਗੱਲ ਨੂੰ ਅੱਜ ਤੁਸੀਂ ਦਵਾਈ ਨਹੀਂ ਨਾ ਖਾਧੀ ਇਸ ਵਾਸਤੇ ਖੰਘ ਹੋ ਰਹੀ ਇਹ ਲਓ ਪਾਣੀ ਪੀਓ ਅਸਲਾਮ ਅਲੈਕੁਮ ਵਾਲੇਕੁਮ ਅਸਲਾਮ ਕੀ ਹਾਲ ਹੈ ਭਾਈ ਰਹਿਮਤ ਤੁਸੀਂ ਲੋਕ ਹਾਲ ਹਵਾਲ ਪੁੱਛਣ ਆਏ ਸੋ ਬਿਸਮਿਲਾ ਪਰ ਇਹਨਾਂ ਸ਼ੈਵਾਂ ਦੀ ਕੀ ਲੋੜ ਸੀ ਤੁਸੀਂ ਇਸ ਮਸਲੇ 'ਚ ਨਾ ਹੀ ਬੋਲੋ ਭੈਣ ਜੀ ਤੇ ਚੰਗਾ ਇਹ ਸਾਰਾ ਕੁਝ ਨਾ ਮੇਰੀਆਂ ਧੀਆਂ ਵਾਸਤੇ ਪਰ ਇੰਨੀ ਤਕਲੀਫ ਕਰਨ ਦੀ ਕੀ ਜ਼ਰੂਰਤ ਸੀ ਅੱਛਾ ਜੀ ਤੇ ਜਿਹੜਾ ਸਾਰੀ ਹਯਾਤੀ ਤੁਸੀਂ ਦੂਜਿਆਂ ਦੀਆਂ ਤਕਲੀਫਾਂ ਦੂਰ ਕਰਦੇ ਰਹੇ ਹੋ ਉਹਦਾ ਕੋਈ ਜ਼ਿਕਰ ਨਹੀਂ ਤੇ ਜੇ ਰੱਬ ਨੇ ਹੁਣ ਸਾਨੂੰ ਮੌਕਾ ਦਿੱਤਾ ਹੈ ਤੇ ਸਾਨੂੰ ਵੀ ਆਪਣਾ ਭਾਰ ਹੌਲਾ ਕਰ ਲੈਣ ਦਿਓ ਉਹ ਕਿਹੜਾ ਭਾਰ ਚੁੱਕੀ ਫਿਰਨਾ ਯਾਰ ਤੇਰੀ ਅਮਾਨਤ ਦਾ ਭਾਰ ਜਿਹਨੇ ਮੇਰੀਆਂ ਰਾਤਾਂ ਦੀਆਂ ਨੀਂਦਰਾਂ ਹਰਾਮ ਕਰ ਦਿੱਤੀਆਂ ਕੀ ਬੁਝਾਰਤਾ ਪਾ ਰਹੇ ਹੋ ਇਹ ਬੁਝਾਰਤਾ ਨਹੀਂ ਭਾਬੀ ਜੀ ਮੈਨੂੰ ਉਹ ਵੇਲਾ ਅੱਜ ਵੀ ਯਾਦ ਹੈ ਜਦੋਂ ਮੇਰੇ ਪੁੱਤਰ ਨੇ ਬਾਹਰ ਜਾਣਾ ਸੀ ਤੇ ਉਹਦੇ ਵੀਜ਼ੇ ਟਿਕਟ ਤੇ ਦੂਜਿਆਂ ਖਰਚਿਆਂ ਲਈ ਮੈਨੂੰ 1.5 ਲੱਖ ਰੁਪਈਆ ਚਾਹੀਦਾ ਸੀ ਅਸੀਂ ਸਾਰੇ ਰਿਸ਼ਤੇਦਾਰਾਂ ਦੇ ਬੂਹੇ ਖੜਕਾਏ ਪਰ ਕਿਸੇ ਨੇ ਝਾਤੀ ਮਾਰ ਕੇ ਸਾਡੀ ਵਾਤ ਦੀ ਪੁੱਛੀ ਤੇ ਉਸ ਔਖੇ ਵੇਲੇ ਮੈਂ ਭਾਈ ਰਹਿਮਤ ਅੱਗੇ ਤਰਲਾ ਪਾਇਆ ਸੀ ਇਸ ਕਰਮਾਂ ਵਾਲੇ ਨੇ ਇੱਕ ਮਿੰਟ ਨਹੀਂ ਲਾਇਆ 1.5 ਲੱਖ ਦੀ ਬਜਾਏ 2 ਲੱਖ ਰੁਪਈਆ ਮੈਨੂੰ ਦੇ ਦਿੱਤਾ ਇਹ ਜੇ ਆਪਣੀ ਬੁਸ਼ਰਾ ਦੀ ਮਾਸ਼ਾਅੱਲਾ ਅੱਲਾ ਨਸੀਬ ਵੀ ਚੰਗੇ ਕਰੇ ਆਮੀਨ ਸੁਮਾ ਆਮੀਨ ਭਰਾ ਰਹਿਮਤ ਤੇ ਪੈਸਿਆਂ ਦੀ ਬਰਕਤ ਵੇਖ ਲਓ ਭੈਣਾ ਮੇਰੇ ਪੁੱਤਰ ਦੇ ਵੀਜ਼ੇ ਤੇ ਟਿਕਟ ਦਾ ਸਾਰਾ ਖਰਚਾ ਕੰਪਨੀ ਵਾਲਿਆਂ ਨੇ ਆਪੇ ਹੀ ਚੁੱਕ ਲਿਆ ਤੇ ਉਸ 2 ਲੱਖ ਦਾ ਮੈਂ ਫੌਰਨ ਇੱਕ ਪਲਾਟ ਲੈ ਕੇ ਛੱਡ ਦਿੱਤਾ ਤੇ ਅੱਜ ਉਸ ਪਲਾਟ ਦੀ ਮਾਲੀਅਤ ਪੂਰੇ 30 ਲੱਖ ਰੁਪਈਏ ਤੇ ਲਓ ਜੀ ਭਾਈ ਜੀ ਇਹ ਜੇ ਉਹ ਅਮਾਨਤ ਉਸ ਪਲਾਟ ਦੀ ਰਜਿਸਟਰੀ ਜਿਹਦੇ ਅਸਲ ਹੱਕਦਾਰ ਤੁਸੀਂ ਅਗਰ ਤੂੰ ਮੇਰੀ ਮਦਦ ਹੀ ਕਰਨਾ ਚਾਹੁੰਦਾ ਤੇ ਮੈਨੂੰ ਸਿਰਫ ਉਹ ਪੈਸਾ ਵਾਪਸ ਕਰ ਦੇ ਜੋ ਮੈਂ ਤੈਨੂੰ ਦਿੱਤਾ ਸੀ ਬਾਕੀ ਮੈਨੂੰ ਕੁਛ ਨਹੀਂ ਚਾਹੀਦਾ ਜ਼ਿਆਦਾ ਗੱਲਾਂ ਕਰਨ ਦੀ ਜ਼ਰੂਰਤ ਨਹੀਂ ਤੇ ਰੋਣਾ ਧੋਣਾ ਵੀ ਬੰਦ ਕਰੋ ਅੱਲਾ ਨੇ ਸਭ ਮੁਸ਼ਕਲਾਂ ਆਸਾਨ ਕਰ ਦਿੱਤੀਆਂ ਨੇ ਮੈਂ ਡਾਕਟਰ ਕੋਲੋਂ ਟਾਈਮ ਲਿਆ ਹੈ ਸਾਰੇ ਟੈਸਟ ਕਰਵਾਉਣੇ ਨੇ ਤੇ ਇਸ ਬਿਮਾਰੀ ਕੋਲੋਂ ਪਿੱਛਾ ਛੁਡਾਉਣਾ ਹੈ ਮੈਂ ਕਿਹਾ ਤੁਸੀਂ ਉਹ ਗੱਲ ਤੇ ਕੀਤੀ ਨਹੀਂ ਜਿਸ ਗੱਲ ਵਾਸਤੇ ਅਸੀਂ ਇੱਥੇ ਆਏ ਹਾਂ ਇੰਨਾ ਵੱਡਾ ਕੰਮ ਤੁਸੀਂ ਕਰ ਦਿੱਤਾ ਉਹ ਹੁਣ ਕੀ ਰਹਿ ਗਿਆ ਅਸਲ ਗੱਲ ਇਹ ਭਾਬੀ ਕਿ ਮੈਂ ਆਪਣੇ ਪੁੱਤਰ ਲਈ ਤੁਹਾਡੀ ਧੀ ਬੁਸ਼ਰਾ ਦਾ ਸਵਾਲੀ ਬਣ ਕੇ ਆਇਆ ਭਰਾ ਰਹਿਮਤ ਬੁਸ਼ਰਾ ਨੂੰ ਸਾਡੀ ਝੋਲੀ ਪਾ ਦੇ ਅੱਜ ਤੋਂ ਬਾਅਦ ਉਹ ਸਾਡੀ ਧੀ ਹੈ ਉਹ ਹੀ ਵੇਖੀ ਜਾਣਾ ਹੈ ਮੂੰਹ ਮਿੱਠਾ ਵੀ ਕਰਾਉਣਾ ਹੈ ਫੜੋ ਸੂ ਕਿਉਂ ਨਹੀਂ ਜੀ ਕਿਉਂ ਨਹੀਂ ਤੁਸੀਂ ਵੇਲੇ ਸਿਰ ਹਸਪਤਾਲ ਆ ਗਏ ਸੋ ਤੁਹਾਡੀ ਬਿਮਾਰੀ ਨੇੜੇ ਪੜੇਗੀ
ਡਾਕਟਰ ਸਾਹਿਬ ਤੁਸੀਂ ਮੇਰਾ ਬੜਾ ਖਿਆਲ ਕੀਤਾ, ਅੱਲਾਹ ਤੁਹਾਨੂੰ ਹਯਾਤੀ ਦੇਵੇ। ਮਹਿਮਾ ਸਾਹਿਬ ਇਹ ਮੇਰੀ ਡਿਊਟੀ ਸ਼ਾਮਿਲ। ਹੁਣ ਤੁਸੀਂ ਮਾਸ਼ਾਅੱਲਾ ਠੀਕ ਹੋ, ਪਰ ਦਵਾਈ ਹਾਲੇ ਕੁਝ ਦਿਨ ਹੋਰ ਖਾਣੀ ਪਏਗੀ ਤਾਂ ਜੋ ਬਿਮਾਰੀ ਜੜੋਂ ਮੁੱਕ ਜਾਏ। ਥੈਂਕ ਯੂ ਡਾਕਟਰ ਸਾਹਿਬ, ਤੁਸੀਂ ਫਿਕਰ ਹੀ ਨਾ ਕਰੋ, ਮੈਂ ਅੱਬਾ ਜੀ ਦਵਾਈਆਂ 'ਚ ਨਾਹਾਂ ਨਹੀਂ ਆਉਂਦੇ ਹਾਂ। ਬਈ ਇਹ ਤਾਂ ਬੜੀ ਚੰਗੀ ਗੱਲ ਹੈ। ਅਜਮੀਰ ਜੀ ਸਰ, ਤੁਸੀਂ ਇਹਨੇ ਡਿਸਚਾਰਜ ਵੀ ਬਣਵਾ ਦਿਓ, ਹੁਣੇ ਘਰ ਜਾ ਸਕਦੇ ਨੇ। ਠੀਕ ਹੈ ਡਾਕਟਰ ਸਾਹਿਬ, ਮੈਂ ਉਹਦੇ ਸਾਰੇ ਕਾਗਜ਼ਾਤ ਤਿਆਰ ਕਰ ਦਿੰਦਾ। ਥੈਂਕ ਯੂ ਡਾਕਟਰ ਸਾਹਿਬ। ਅੱਛਾ ਜੀ ਰਹਿਮਾ ਸਰ, ਰੱਬ ਰਾਖਾ ਅਤੇ ਆਪਣਾ ਖਿਆਲ ਰੱਖਣਾ। ਥੈਂਕ ਯੂ। ਅੱਲਾ ਦਾ ਲੱਖ ਲੱਖ ਸ਼ੁਕਰ ਹੈ ਕਿ ਤੁਸੀਂ ਠੀਕ ਹੋ ਗਏ। ਰੱਬ ਦੀ ਜ਼ਾਤ ਤੇ ਜਿਹੜੀ ਸਿਹਤ ਦਿੰਦੀ ਹੈ, ਤੇ ਮੇਰੀ ਉਹਦੇ ਅੱਗੇ ਦੁਆ ਹੈ ਕਿ ਤੁਹਾਨੂੰ ਸਿਹਤ ਤੇ ਲੰਬੀ ਹਯਾਤੀ ਦੇਵੇ। ਆਮੀਨ ਆਮੀਨ। ਰਜ਼ੀਆ, ਮੇਰੇ ਰੱਬ ਨੇ ਤੇਰੇ ਰਹਿਮਤ ਤੇ ਬੜੀ ਰਹਿਮਤ ਕੀਤੀ। ਅੱਬਾ ਜੀ ਅੱਲਾ ਦਾ ਲੱਖ ਲੱਖ ਸ਼ੁਕਰ ਹੈ ਕਿ ਹੁਣ ਤੁਸੀਂ ਮੁਕੰਮਲ ਤੌਰ ਤੇ ਸਿਹਤਯਾਬ ਹੋ ਗਏ ਹੋ। ਹੁਣ ਛੇਤੀ ਛੇਤੀ ਬੁਸ਼ਰਾ ਬਾਜੀ ਦੇ ਵਿਆਹ ਦੀ ਤਿਆਰੀ ਸ਼ੁਰੂ ਕਰ ਦਿਓ। ਬੁਸ਼ਰਾ ਬਾਜੀ ਦੁਬਈ ਜਾ ਕੇ ਸਾਨੂੰ ਭੁੱਲ ਨਾ ਜਾਣਾ। ਇਹ ਛੱਡੋ ਵੀ, ਮੇਰੀ ਧੀ ਨੂੰ ਤੰਗ ਨਾ ਕਰੋ। ਅੱਛਾ ਅਸਲਾਮ ਅਲੈਕਮ ਭਾਈ ਜਾਨ। ਰਜ਼ੀਆ ਬਾਜੀ, ਤੁਹਾਨੂੰ ਭਾਈ ਜਾਨ ਦੀ ਸਿਹਤ ਬਹੁਤ ਬਹੁਤ ਮੁਬਾਰਕ ਹੋਵੇ। ਖੈਰ ਮੁਬਾਰਕ। ਮੈਂ ਕਿਹਾ ਤੁਸੀਂ ਅੱਗੇ ਵੱਧ ਕੇ ਭਾਈ ਜਾਨ ਦੇ ਗਲੇ ਲੱਗੋ ਤੇ ਹੁਣ ਉਹੋ ਜਿਹੀ ਕੋਈ ਗੱਲ ਨਾ ਕਰਨਾ। ਮੈਂ ਕਿਹਾ ਭਾਜੀ ਮੈਂ ਤੁਹਾਨੂੰ ਸਿਹਤ ਦੀ ਮੁਬਾਰਕ ਦਿਆਂ ਕਿ ਪਲਾਟ ਮਿਲਣ ਦੀ ਮੁਬਾਰਕ ਦਿਆਂ? ਜਿਸ ਚੀਜ਼ ਤੈਨੂੰ ਫਾਇਦਾ ਨਜ਼ਰ ਆਉਂਦਾ ਉਹ ਪਹਿਲੇ ਕਰ ਲੈ। ਭਾਜੀ ਮੈਨੂੰ ਮਾਫ਼ ਕਰ ਦਿਓ। ਨਾ ਨਾ, ਇਹ ਮਾਫ਼ੀ ਵਾਲੇ ਡਰਾਮੇ ਮੇਰੇ ਸਾਹਮਣੇ ਨਾ ਕਰ। ਭਾਈ ਜਾਨ ਤੁਹਾਡਾ ਸੱਕਾ ਭਰਾ ਹੈ, ਮਾਫ਼ ਕਰ ਦਿਓ। ਇਹੋ ਹੀ ਜਿਹੜਾ ਖੂਨੀ ਰਿਸ਼ਤੇ ਦੀ ਕਬਰ ਬਣਾ ਕੇ ਬਗੈਰ ਫਾਤਿਆ ਪੜੇ ਟੁੱਟ ਗਿਆ ਸੀ। ਮੇਰਾ ਇਹਦਾ ਕੀ ਤਲੁਕ ਹੈ? ਮਾਫ਼ੀ ਮੰਗਣੀ ਤੇ ਰੱਬ ਕੋਲੋਂ ਮਾਫ਼ੀ ਮੰਗ। ਮੈਂ ਤੇ ਉਸ ਰੱਬ ਦਾ ਹਕੀਰ ਜਿਹਾ ਬੰਦਾ। ਨਾਲੇ ਗੱਲ ਸੁਣ, ਮਾਂ ਪਿਓ ਦੇ ਦਿੱਤੇ ਹੋਏ ਰਿਸ਼ਤੇ ਕਾਇਮ ਰੱਖਣ ਲਈ ਅਹਿਸਾਸ ਤੇ ਰਵੱਈਏ ਦੀ ਜ਼ਰੂਰਤ ਹੁੰਦੀ ਹੈ। ਜਾ ਚਲਾ ਜਾ ਇੱਥੋਂ, ਚਲਾ ਜਾ ਇੱਥੋਂ। ਗੱਲ ਸੁਣ, ਆਪਣੀ ਬੀਵੀ ਤੇ ਆਪਣੇ ਪੁੱਤਰ ਦੇ ਬਚੇ ਖੁਚੇ ਰਿਸ਼ਤੇ ਬਚਾ ਲੈ, ਨਹੀਂ ਤਾਂ ਯਾਦ ਰੱਖੀ ਕੰਧਾਂ 'ਚ ਟੱਕਰਾ ਮਾਰਦਾ ਰਹੇਗਾ, ਤੈਨੂੰ ਕੋਈ ਬਚਾਉਣ ਵਾਲਾ ਨਹੀਂ ਹੋਏਗਾ।